हेलो, वेलकम यू ऑल इन माय चैनल कॉन्सेप्ट गुरु ए के। तो मैं हाँ तुहाडा होस्ट अश्विनी कुमार। प्यारे विद्यार्थियों, प्लस टू दे विद्यार्थियों की अप्रैल मई 2022 जो एग्जाम दिते सी उहदे सर्टिफिकेट हुण तुहानूं तुहाडे स्कूल तो ही मिलणगे। पंजाब स्कूल सिक्ख्या बोर्ड ने एक पत्र जारी किया वै, आओ आपां देखिए वह पत्र की है तो की लिखिया उस पत्र विच। सो प्यारे विद्यार्थियों, पंजाब स्कूल सिक्ख्या बोर्ड ने एक प्रेस नोट दिता वै बई 12वीं प्रीख्या अप्रैल 2022 सिर्फ इस सैशन की गल है, पिछले सैशन की गल नहीं है। अप्रैल मई 2022 दे रैगूलर अते ओपन स्कूल, रैगूलर ते ओपन स्कूल दे परीक्षार्थियों दे सर्टिफिकेट यानी नतीजा कार्ड मिति 18/7/22 नूं ਜ਼ਿਲ੍ਹਾ ਪੱਧਰ 'ਤੇ ਸਥਿਤ ਬੋਰਡ ਦੇ ਖੇਤਰੀ ਦਫ਼ਤਰਾਂ ਵਿੱਚ ਭੇਜੇ ਜਾ ਰਹੇ ਹਨ। 18 ਜੁਲਾਈ ਨੂੰ ਦਫ਼ਤਰਾਂ 'ਚ ਆ ਜਾਣੇ ਨੇ। ਸੰਬੰਧਿਤ ਸਕੂਲਾਂ ਦੇ ਮੁਖੀ ਜਾਂ ਉਹਨਾਂ ਦੇ ਨੁਮਾਇੰਦੇ ਆਪਣੇ ਸਕੂਲ ਦਾ ਸਰਟੀਫਿਕੇਟ ਜਾਂ ਨਤੀਜਾ ਕਾਰਡ ਆਪਣੇ ਜ਼ਿਲ੍ਹੇ ਵਿੱਚ ਸਥਿਤ ਖੇਤਰੀ ਦਫ਼ਤਰ ਤੋਂ ਮਿਤੀ 19/7/22 ਤੋਂ ਪ੍ਰਾਪਤ ਕਰ ਸਕਦੇ ਨੇ। ਪਿਆਰੇ ਵਿਦਿਆਰਥੀਓ, ਤੁਹਾਡੇ ਲਈ ਸੂਚਨਾ ਇਹ ਹੈ ਬਈ 19 ਤਰੀਕ ਤੋਂ ਬਾਅਦ 20, 21, 22 ਤਰੀਕ ਨੂੰ ਤੁਸੀਂ ਆਪਣੇ ਆਪਣੇ ਸਕੂਲਾਂ 'ਚ ਜਾ ਕੇ ਇਹ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ, ਕਿਉਂਕਿ ਉਸ ਤੋਂ ਬਾਅਦ ਦਫ਼ਤਰਾਂ ਵਿੱਚੋਂ ਇਹ ਸਕੂਲਾਂ ਵਿੱਚ ਆ ਜਾਣੇ ਨੇ ਅਤੇ ਜਿਸ ਸਕੂਲ 'ਚ ਤੁਸੀਂ ਪੜ੍ਹਦੇ ਰਹੇ ਹੋ ਉੱਥੋਂ ਪ੍ਰਾਪਤ ਕਰ ਸਕਦੇ ਹੋ। ਦੂਜੀ ਇਹ ਗੱਲ ਹੈ ਵੀ ਤੁਹਾਨੂੰ ਹੁਣ ਸਰਟੀਫਿਕੇਟਾਂ ਲਈ ਬਹੁਤਾ ਪੈਸਾ ਖਰਚਣ ਦੀ ਲੋੜ ਨਹੀਂ। ਜੇਕਰ ਤੁਸੀਂ 100 ਰੁਪਈਆ ਆਪਣੇ ਦਾਖਲੇ ਨਾਲ ਜਮ੍ਹਾਂ ਕਰਾਇਆ, ਇਹ ਸਰਟੀਫਿਕੇਟ ਉਹਨਾਂ ਬੱਚਿਆਂ ਦੇ ਆਏ ਨੇ ਜਿਨ੍ਹਾਂ ਵਿਦਿਆਰਥੀਆਂ ਨੇ ਆਪਣੇ ਦਾਖਲੇ ਦੇ ਨਾਲ 100 ਰੁਪਈਆ ਜਮ੍ਹਾਂ ਕਰਵਾਇਆ ਸੀ ਬੋਰਡ ਵਿੱਚ। ਯਾਦ ਕਰ ਲਓ, ਜਦੋਂ ਤੁਹਾਡਾ ਦਾਖਲਾ ਫੀਸ ਗਈ ਸੀ ਅਤੇ ਉਹਦੇ ਨਾਲ 100 ਰੁਪਈਆ ਸਰਟੀਫਿਕੇਟ ਦਾ ਐਕਸਟਰਾ ਜਮ੍ਹਾਂ ਹੋਇਆ ਸੀ। ਜਿਨ੍ਹਾਂ ਬੱਚਿਆਂ ਨੇ ਉਹ 100 ਰੁਪਏ ਜਮ੍ਹਾਂ ਕਰਵਾਇਆ ਸੀ ਉਹਨਾਂ ਬੱਚਿਆਂ ਨੂੰ ਇਹ ਸਰਟੀਫਿਕੇਟ ਬੋਰਡ ਵੱਲੋਂ ਦਿੱਤੇ ਜਾਣਗੇ। ਤੁਹਾਡੇ ਸਰਟੀਫਿਕੇਟ ਤੁਹਾਡੇ ਸਕੂਲੋਂ ਹੀ ਪ੍ਰਾਪਤ ਹੋਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਨਤੀਜਾ ਕਾਰਡ ਖੇਤਰੀ ਦਫ਼ਤਰ ਸੰਗਰੂਰ ਤੋਂ ਮਿਲਣਗੇ। ਫਾਜ਼ਿਲਕਾ ਦੇ ਸਕੂਲ ਪ੍ਰੀਖਿਆਰਥੀਆਂ ਸਰਟੀਫਿਕੇਟ ਜਿਹੜੇ ਨੇ ਉਹ ਖੇਤਰੀ ਦਫ਼ਤਰ ਅਬੋਹਰ ਤੋਂ, ਸਾਹਿਬਜ਼ਾਦਾ ਅਜੀਤ ਸਿੰਘ ਮੋਹਾਲੀ ਦੇ ਸਕੂਲ ਪ੍ਰੀਖਿਆਰਥੀਆਂ ਦੇ ਸਰਟੀਫਿਕੇਟ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਿਲਣਗੇ। ਤੁਸੀਂ ਆਪਣੇ ਸਕੂਲ ਹੀ ਜਾਣਾ, ਤੁਹਾਨੂੰ ਇਹ ਜਾਣਨ ਦੀ ਲੋੜ ਨਹੀਂ। ਵਿਦਿਆਰਥੀਆਂ ਨੇ ਆਪਣੇ ਆਪਣੇ ਸਕੂਲ 'ਚੋਂ ਹੀ ਜਾਣਾ। ਫੀਸ ਡਿਫਾਲਟਰ ਪ੍ਰਗਤੀ ਰਿਪੋਰਟ ਪ੍ਰਾਪਤ ਨਾ ਹੋਣ ਕਾਰਨ ਵਾਧੂ ਸੈਕਸ਼ਨ ਵਾਧੂ ਪ੍ਰੀਖਿਆਰਥੀਆਂ ਦੀ ਫੀਸ ਨਾ ਜਮ੍ਹਾਂ ਹੋਣ ਕਰਕੇ ਰੋਕੇ ਗਏ ਸਰਟੀਫਿਕੇਟ ਵਾਲੇ ਸਕੂਲਾਂ ਦੀ ਸੂਚੀ ਸੰਬੰਧਿਤ ਸਕੂਲਾਂ ਦੀ ਲੌਗਇਨ ਆਈਡੀ 'ਤੇ ਉਪਲਬਧ ਹੈ। ਸੋ ਪਿਆਰੇ ਵਿਦਿਆਰਥੀ, ਉਹ ਤੁਹਾਡੇ ਲਈ ਸੂਚਨਾ ਸਿਰਫ ਇਹੀ ਹੈ ਬਈ ਤੁਹਾਨੂੰ 900 ਰੁਪਏ ਜਮ੍ਹਾਂ ਕਰਾਉਣ ਦੀ ਲੋੜ ਨਹੀਂ। ਅਪ੍ਰੈਲ 2022 ਵਿੱਚ ਜਿਨ੍ਹਾਂ ਨੇ ਪਲੱਸ ਟੂ ਕੀਤੀ ਹੈ ਭਾਵੇਂ ਕਿਸੇ ਵੀ ਸਟਰੀਮ 'ਚ ਕੀਤੀ ਹੈ, ਤੁਹਾਨੂੰ ਤੁਹਾਡਾ ਸਰਟੀਫਿਕੇਟ ਤੁਹਾਡੇ ਸਕੂਲ ਤੋਂ ਹੀ 20 ਤਰੀਕ ਤੋਂ ਬਾਅਦ ਪ੍ਰਾਪਤ ਹੋ ਜਾਏਗਾ। ਸੋ ਇਹ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਸੀ। ਅਜਿਹੀ ਹੋਰ ਸੂਚਨਾਵਾਂ ਪ੍ਰਾਪਤ ਕਰਨ ਲਈ ਲਗਾਤਾਰ ਵੇਖਦੇ ਰਹੋ ਮੇਰਾ ਚੈਨਲ ਕੋਨਸੈਪਟ ਗੁਰੂ ਏ ਕੇ। ਜਨਰਲ ਨੌਲੇਜ ਲਈ ਦੇਖਣਾ ਮੈਂ ਅਤੇ ਕੈਰੀਅਰ ਗੁਰੂ ਏ ਕੇ ਚੈਨਲ ਮੇਰਾ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਇਸ ਜਾਣਕਾਰੀ ਨੂੰ ਪ੍ਰਾਪਤ ਕਰ ਸਕਣ ਅਤੇ ਨਜਾਇਜ਼ ਫੀਸ ਜਿਹੜੀ ਹੈ ਭਰ ਕੇ ਸਰਟੀਫਿਕੇਟ ਪ੍ਰਾਪਤ ਨਾ ਕਰਨ, ਆਪਣੇ ਸਕੂਲ ਤੋਂ ਹੀ ਲੈ ਲੈਣ। ਥੈਂਕ ਯੂ ਵੈਰੀ ਮੱਚ। ਥੈਂਕ ਯੂ।